ਹਰਿਆਣਾ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਪੂਜਾ ਸਿੰਗਲਾ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਇਹੋ ਜਿਹੇ ਪ੍ਰਸ਼ਨ ਕਰਾਂਗੇ ਜੋ ਐਗਜ਼ਾਮ ਲੈਵਲ ਦੇ ਹੋਣਗੇ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ? ਜਿਹੜੇ ਗੁਰੂ ਅਰਜਨ ਦੇਵ ਜੀ ਸੀ, ਸਿੱਖਾਂ ਦੇ ਕਿੰਨਵੇਂ ਗੁਰੂ ਸਨ? ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ। ਦੇਖੋ, ਆਪਸ਼ਨ ਦਿੱਤੀਆਂ ਹੋਈਆਂ ਨੇ, ਦੂਜੇ, ਤੀਜੇ, ਚੌਥੇ ਅਤੇ ਪੰਜਵੇਂ। ਆਪਾਂ ਰਾਈਟ ਆਪਸ਼ਨ ਨਾਲ ਜਾਣਾ ਹੁੰਦਾ ਆਪਣੀ ਜਿਹੜੀ ਰਾਈਟ ਆਪਸ਼ਨ, ਆਪਾਂ ਉਹੀ ਆਂਸਰ ਟੇਕ ਕਰਨੀ ਹੁੰਦੀ ਹੈ। ਦੋ ਜਿਹੜੀਆਂ ਆਪਸ਼ਨਸ ਹੁੰਦੀਆਂ, ਤੁਸੀਂ ਉਹਨਾਂ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਠੀਕ ਹੈ? ਅਗਰ ਤੁਸੀਂ ਜਦੋਂ ਐਲੀਮੀਨੇਟ ਕਰ ਦਿੰਦੇ ਹੋ ਪ੍ਰੋਪਰ ਵੇ ਨਾਲ, ਤਾਂ ਤੁਹਾਡਾ ਆਂਸਰ ਬਿਲਕੁਲ ਰਾਈਟ ਆਉਂਦਾ। ਅਤੇ ਇਹਦੇ ਲਈ ਆਪਣਾ ਕੀ ਹੁੰਦਾ ਗਾ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਂਸਰ। ਸਭ ਤੋਂ ਮੇਨ ਗੱਲ ਹੈ ਕਿ ਆਪਾਂ ਹੁਣ ਟਾਈਮ ਬਹੁਤ ਮਿਲ ਗਿਆ ਸੀ, ਆਪਾਂ ਅੱਛੀ ਪ੍ਰਿਪਰੇਸ਼ਨ ਕੀਤੀ ਹੋਣੀ ਹੈ। ਤਾਂ ਆਪਣੀ ਰਾਈਟ ਆਪਸ਼ਨ ਕੀ ਆ ਜਾਏਗੀ? ਪੰਜਵੇਂ ਗੁਰੂ। ਕਿਹੜੇ ਗੁਰੂ ਸੀ ਆਪਣੇ? ਪੰਜਵੇਂ ਗੁਰੂ ਸੀ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ? ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ? ਤਾਂ ਦੇਖੋ, ਆਪਸ਼ਨ ਹੈ 1555, 1563, 1661, 1721। ਤਾਂ ਰਾਈਟ ਆਪਸ਼ਨ ਕੀ ਹੈ? 1563। ਰਾਈਟ ਆਪਸ਼ਨ ਕੀ ਹੈ? 1563। ਅੱਗੇ ਕੀ ਹੈ? ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਕਿੱਥੇ ਹੈ? ਦੇਖੋ, ਗੋਇੰਦਵਾਲ ਹੈ, ਲੁਧਿਆਣਾ, ਤਲਵੰਡੀ ਸਾਬੋ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਆਪਣੇ ਕੋਲ ਕੀ ਆ ਜਾਂਦੀ ਹੈ? ਗੋਇੰਦਵਾਲ। ਰਾਈਟ ਆਪਸ਼ਨ ਕੀ ਹੈ? ਗੋਇੰਦਵਾਲ। ਨੈਕਸਟ ਕੁਐਸਚਨ ਦੇਖੋ, ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ? ਦੇਖੋ, ਆਪਸ਼ਨ ਹੈ ਸੁਲੱਖਣੀ ਦੇਵੀ ਅਤੇ ਮਹਿਤਾ ਕਾਲੂ, ਰਾਮਦਾਸ ਅਤੇ ਬੀਬੀ ਭਾਨੀ, ਰਾਮਦਾਸ ਅਤੇ ਬੀਬੀ ਖੀਵੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਆਪਣੀ ਕੀ ਹੋਏਗੀ? ਰਾਮਦਾਸ ਅਤੇ ਬੀਬੀ ਭਾਨੀ। ਰਾਈਟ ਆਪਸ਼ਨ ਕੀ ਹੈ? ਰਾਮਦਾਸ ਅਤੇ ਬੀਬੀ ਭਾਨੀ। ਨੈਕਸਟ ਕੁਐਸਚਨ ਦੇਖੋ, ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ 'ਤੇ ਕਦੋਂ ਵਿਰਾਜਮਾਨ ਹੋਏ? ਗੁਰੂ ਅਰਜਨ ਦੇਵ ਜੀ ਗੁਰਗੱਦੀ 'ਤੇ ਕਦੋਂ ਵਿਰਾਜਮਾਨ ਹੋਏ? ਆਪਸ਼ਨ ਹੈ 1581, 1582, 1583, 1584। ਰਾਈਟ ਆਪਸ਼ਨ ਹੈ 1581। ਤਾਂ ਗੁਰਗੱਦੀ 'ਤੇ ਕਦੋਂ ਵਿਰਾਜਮਾਨ ਹੋਏ ਸੀ? 1581। ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਕੌਣ ਸਨ? ਸਮਕਾਲੀ ਕੀ ਹੁੰਦਾ ਕਿ ਉਸ ਸਮੇਂ ਦੇ ਨਾਲ ਨਾਲ ਹੋਰ ਕਿਹੜਾ, ਮਤਲਬ ਕੌਣ ਉਹਨਾਂ ਦੇ ਸ਼ਾਸਕ ਸੀ, ਮਤਲਬ ਜੋ ਵੀ ਉਹ ਜਗ੍ਹਾ ਸੀਗੀ, ਉਹ ਉੱਥੋਂ ਦੇ ਸਮਕਾਲੀ ਕੌਣ ਸੀ, ਮਤਲਬ ਸ਼ਾਸਕ ਕੌਣ ਸੀਗੇ? ਤਾਂ ਆਪਸ਼ਨ ਕੀ ਹੈ? ਜਹਾਂਗੀਰ, ਅਕਬਰ, ਸੀ, ਏ ਅਤੇ ਬੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਕੀ ਹੈ? ਏ ਅਤੇ ਬੀ। ਜਹਾਂਗੀਰ ਅਤੇ ਅਕਬਰ ਦੋਨੋਂ ਹੀ ਕੀ ਸੀ? ਸਮਕਾਲੀ ਸੀ, ਉਹਨਾਂ ਦੇ ਟਾਈਮ ਪੀਰੀਅਡ ਦੇ ਨਾਲ ਨਾਲ ਦੇ ਸੀ, ਠੀਕ ਹੈ? ਉਸ ਤੋਂ ਬਾਅਦ ਆਦਿ ਗ੍ਰੰਥ ਦੀ ਸੰਪਾਦਨਾ ਕਿਸ ਗੁਰੂ ਸਾਹਿਬਾਨ ਨੇ ਪੂਰੀ ਕੀਤੀ? ਰਾਈਟ ਆਪਸ਼ਨ ਕੀ ਹੋਏਗੀ? ਆਪਸ਼ਨਸ ਦੇਖੋ, ਪਹਿਲਾਂ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ। ਤਾਂ ਰਾਈਟ ਆਂਸਰ ਕੀ ਹੈ? ਗੁਰੂ ਅਰਜਨ ਦੇਵ ਜੀ ਨੇ। ਤਾਂ ਰਾਈਟ ਆਪਸ਼ਨ ਕੀ ਆ ਜਾਏਗਾ ਆਪਣਾ? ਗੁਰੂ ਅਰਜਨ ਦੇਵ ਜੀ। ਨੈਕਸਟ ਦੇਖੋ, ਆਦਿ ਗ੍ਰੰਥ ਕਿਸ ਸਰੋਵਰ ਦੇ ਕੰਢੇ ਲਿਖਵਾਇਆ? ਆਪਸ਼ਨ ਹੈ ਅੰਮ੍ਰਿਤ ਸਰੋਵਰ, ਸੰਤੋਖਸਰ, ਰਾਮਸਰ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਕੀ ਹੋਏਗੀ ਆਪਣੀ? ਰਾਈਟ ਆਪਸ਼ਨ ਹੈ ਆਪਣੀ ਰਾਮਸਰ। ਰਾਈਟ ਆਪਸ਼ਨ ਆ ਜਾਏਗੀ ਆਪਣੀ ਰਾਮਸਰ। ਦੇਖੋ ਨੈਕਸਟ ਕੁਐਸਚਨ ਦੇਖੋ, ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਦੋਂ ਪੂਰੀ ਹੋਈ? ਕਹਿੰਦੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਦੋਂ ਪੂਰੀ ਹੋਈ? ਆਪਸ਼ਨ ਹੈ 1602, 1604, 1606। ਤਾਂ ਰਾਈਟ ਆਪਸ਼ਨ ਕੀ ਹੈ? 1606 ਦੇ ਵਿੱਚ ਆਦਿ ਗ੍ਰੰਥ ਦੀ ਸੰਪਾਦਨਾ ਪੂਰੀ ਹੋ ਗਈ ਸੀ। ਹਰਿਮੰਦਰ ਸਾਹਿਬ ਦੀ ਨੇ ਕਿਸ ਤੋਂ ਰਖਵਾਈ ਗਈ? ਸੰਤ ਫਕੀਰ, ਮੀਆਂ ਮੀਰ ਜੀ, ਏ ਅਤੇ ਬੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਹੈ ਮੀਆਂ ਮੀਰ ਜੀ। ਕਿਤੋਂ? ਮੀਆਂ ਮੀਰ ਜੀ। ਨੈਕਸਟ ਆਪਸ਼ਨ ਦੇਖੋ, ਪਹਿਲੇ ਸ਼ਹੀਦ ਗੁਰੂ ਕੌਣ ਸਨ? ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਅਮਰਦਾਸ ਜੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਆਪਣੀ ਕੀ ਹੈ? ਗੁਰੂ ਅਰਜਨ ਦੇਵ ਜੀ ਪਹਿਲੇ ਸ਼ਹੀਦ ਗੁਰੂ ਹੋਏ ਹਨ। ਨੈਕਸਟ ਦੇਖੋ, ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ? ਦੇਖੋ, ਆਪਸ਼ਨ ਹੈ 15, 30, 40, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਕੀ ਹੈ? 30 ਰਾਗਾਂ ਦੇ ਵਿੱਚ। ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ? 30 ਰਾਗਾਂ ਦੇ ਵਿੱਚ। ਗੁਰੂ ਅਰਜਨ ਦੇਵ ਜੀ ਨੇ ਕਿਹੜਾ ਰਾਗ ਨਹੀਂ ਵਰਤਿਆ? ਸੂਹੀ, ਗੌੜੀ, ਜਜਵੰਤੀ, ਬਿਲਾਵਲ। ਤਾਂ ਉਹਨਾਂ ਨੇ ਕਿਹੜਾ ਰਾਗ ਨਹੀਂ ਵਰਤਿਆ? ਜਜਵੰਤੀ ਉਹਨਾਂ ਨੇ ਰਾਗ ਨਹੀਂ ਵਰਤਿਆ, ਠੀਕ ਹੈ?
ਉਸ ਤੋਂ ਬਾਅਦ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਧ ਬਾਣੀ ਕਿਹੜੇ ਗੁਰੂ ਸਾਹਿਬ ਦੀ ਦਰਜ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਜਿਹੜੀ ਬਾਣੀ ਹੈ ਕਿਹੜੇ ਗੁਰੂ ਸਾਹਿਬਾਨ ਦੀ ਦਰਜ ਹੈ? ਆਪਸ਼ਨ ਹੈ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਅਮਰਦਾਸ ਜੀ। ਤਾਂ ਰਾਈਟ ਆਪਸ਼ਨ ਕਿ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਭ ਤੋਂ ਵੱਧ ਦਰਜ ਹੈ। ਨੈਕਸਟ ਦੇਖੋ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਸ਼ਬਦ ਰਚੇ, ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸ਼ਬਦ ਰਚੇ? ਆਪਸ਼ਨ ਹੈ 2216, 2218, 2220, 2222। ਕਿੰਨੇ ਹੈ ਉਹਨਾਂ ਨੇ ਕਿੰਨੇ ਸ਼ਬਦ ਰਚੇ ਹੈ? 2216। ਰਾਈਟ ਆਪਸ਼ਨ ਕੀ ਹੈ? 2216। ਨੈਕਸਟ ਦੇਖੋ ਗੁਰੂ ਅਰਜਨ ਦੇਵ ਜੀ ਨੇ ਬਾਰਾਂਮਾਂਹ ਕਿਸ ਰਾਗ ਵਿੱਚ ਹੈ? ਗੁਰੂ ਅਰਜਨ ਦੇਵ ਜੀ ਦਾ ਬਾਰਾਂਮਾਂਹ ਕਿਸ ਰਾਗ ਵਿੱਚ? ਆਪਸ਼ਨ ਹੈ ਤੁਖਾਰੀ, ਮਾਚ, ਬਿਲਾਵਲ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਇਹਨਾਂ ਦਾ ਜਿਹੜਾ ਬਾਰਾਂਮਾਂਹ ਰਾਗ ਹੈ ਉਹ ਕਿਸ ਦੇ ਵਿੱਚ ਹੈ? ਮਾਝ ਰਾਗ ਦੇ ਵਿੱਚ ਹੈ। ਕਿਹੜੇ ਰਾਗ ਦੇ ਵਿੱਚ ਹੈ? ਮਾਝ ਰਾਗ ਦੇ ਵਿੱਚ। ਨੈਕਸਟ ਆਪਸ਼ਨ ਦੇਖੋ ਗੁਰੂ ਅਰਜਨ ਦੇਵ ਜੀ ਦੀ ਸ਼ਾਕਾ ਰਚਨਾ ਕਿਹੜੀ ਹੈ? ਆਪਸ਼ਨ ਹੈ ਜਪਜੀ ਸਾਹਿਬ, ਅਨੰਦ ਸਾਹਿਬ, ਸੁਖਮਨੀ ਸਾਹਿਬ ਅਤੇ ਜਾਪ ਸਾਹਿਬ। ਤਾਂ ਆਪਣੀ ਰਾਈਟ ਆਪਸ਼ਨ ਕੀ ਹੈ? ਸੁਖਮਨੀ ਸਾਹਿਬ। ਦੇਖੋ ਨੈਕਸਟ ਕੁਸ਼ਚਨ ਦੇਖੋ ਗੁਰੂ ਅਰਜਨ ਦੇਵ ਜੀ ਦੇ ਮਹਾਨ ਕਾਰਜ ਕਿਹੜੇ ਹਨ? ਹਰਿਮੰਦਰ ਸਾਹਿਬ ਦੀ ਸਥਾਪਨਾ ਆਦਿ ਗ੍ਰੰਥ ਦੀ ਸੰਪਾਦਨਾ ਏ ਅਤੇ ਬੀ ਦੋਨੋਂ। ਤਾਂ ਰਾਈਟ ਆਪਸ਼ਨ ਕੀ ਆ ਜਾਏਗਾ? ਏ ਅਤੇ ਬੀ ਦੋਨੋਂ। ਉਹਨਾਂ ਨੇ ਹਰਿਮੰਦਰ ਸਾਹਿਬ ਦੀ ਵੀ ਸਥਾਪਨਾ ਕੀਤੀ ਅਤੇ ਆਦਿ ਗ੍ਰੰਥ ਦੀ ਵੀ ਸੰਪਾਦਨਾ ਕੀਤੀ। ਨੈਕਸਟ ਕੁਸ਼ਚਨ ਦੇਖੋ ਗੁਰੂ ਅਰਜਨ ਦੇਵ ਜੀ ਦੀ ਕਿਹੜੀ ਬਾਣੀ ਸ਼ਾਂਤੀ ਦਾ ਸਮੁੰਦਰ ਹੈ? ਆਪਸ਼ਨ ਆ 12, 52 ਅੱਖਰੀ ਹੈ, ਸੁਖਮਨੀ ਸਾਹਿਬ ਹੈ 12। ਤਾਂ ਰਾਈਟ ਆਪਸ਼ਨ ਕੀ ਹੈ? ਸੁਖਮਨੀ ਸਾਹਿਬ ਨੂੰ ਕੀ ਕਿਹਾ ਜਾਂਦਾ? ਸ਼ਾਂਤੀ ਦਾ ਸਮੁੰਦਰ। ਨੈਕਸਟ ਦੇਖੋ ਕੁਸ਼ਚਨ, ਸੁਖਮਨੀ ਸਾਹਿਬ ਦੇ ਸਲੋਕ ਅਤੇ ਅਸ਼ਟਪਦੀਆਂ ਕਿੰਨੀਆਂ ਹਨ? ਤਾਂ ਆਪਸ਼ਨ ਕੀ ਦਿੱਤੀਆਂ ਹੋਈਆਂ? 23 ਸਲੋਕ, 24 ਅਸ਼ਟਪਦੀਆਂ, 24 ਸਲੋਕ, 24 ਅਸ਼ਟਪਦੀਆਂ, 26 ਸਲੋਕ, 24 ਅਸ਼ਟਪਦੀਆਂ, ਇਹਨਾਂ ਵਿੱਚ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ 24 ਸਲੋਕ ਨੇ ਅਤੇ 24 ਅਸ਼ਟਪਦੀਆਂ ਨੇ। ਨੈਕਸਟ ਦੇਖੋ ਸੁਖਮਨੀ ਸਾਹਿਬ ਕਿਸ ਰਾਗ ਵਿੱਚ ਹੈ? ਆਪਸ਼ਨ ਹੈ ਆਸਾ, ਗੋੜੀ, ਸੂਹੀ, ਮਾਝ। ਤਾਂ ਕਿਹੜੀ ਆਪਸ਼ਨ ਸਹੀ ਹੈ ਵੇਖੋ? ਤਾਂ ਆਪਣੀ ਰਾਈਟ ਆਪਸ਼ਨ ਕੀ ਆਜੂਗੀ? ਗੌੜੀ ਰਾਗ ਦੇ ਵਿੱਚ ਹੈ। ਸੁਖਮਨੀ ਸਾਹਿਬ ਜਿਹੜਾ ਰਾਗ ਹੈ ਗੌੜੀ ਰਾਗ ਦੇ ਵਿੱਚ ਹੈ। ਨੈਕਸਟ ਕੁਸ਼ਚਨ ਦੇਖੋ, ਕਹਿੰਦੇ ਸੁਖਮਨੀ ਸਾਹਿਬ ਦੀ ਹਰ ਅਸ਼ਟਪਦੀ ਦੀਆਂ ਕਿੰਨੀਆਂ ਪੌੜੀਆਂ ਹਨ? ਆਪਸ਼ਨ ਹੈ 4, 6, 8, 10। ਤਾਂ ਰਾਈਟ ਆਪਸ਼ਨ ਕੀ ਆਜੂਗਾ? 8। ਰਾਈਟ ਆਪਸ਼ਨ ਕੀ? 8। ਨੈਕਸਟ ਕੁਸ਼ਚਨ ਦੇਖੋ, ਸੁਖਮਨੀ ਸਾਹਿਬ ਵਿੱਚ ਰਾਉ ਦੀ ਕਿੰਨੀਆਂ ਤੁੱਕਾਂ ਹਨ? 2, 3, 4, 5। ਰਾਈਟ ਆਪਸ਼ਨ ਕੀ ਆਜੇਗਾ? 2। ਰਾਈਟ ਆਪਸ਼ਨ ਕੀ ਆਜੇਗਾ? 2। ਨੈਕਸਟ ਦੇਖੋ ਸੁਖਮਨੀ ਸਾਹਿਬ ਦੀ ਹਰ ਅਸ਼ਟਪਦੀ ਦੀਆਂ ਕਿੰਨੀਆਂ ਸਤਰਾਂ ਹਨ? ਕਿੰਨੀਆਂ ਲਾਈਨਸ ਹਨ? ਦੇਖੋ ਆਪਸ਼ਨ ਹੈ 4, 8, 10, 12। ਤਾਂ ਰਾਈਟ ਆਪਸ਼ਨ ਕੀ? 8। ਰਾਈਟ ਆਪਸ਼ਨ ਕੀ ਹੈ? 8। ਨੈਕਸਟ ਦੇਖੋ ਸੁਖਮਨੀ ਸਾਹਿਬ ਕਿੰਨੇ ਸਮੇਂ ਦੀ ਬਾਣੀ ਹੈ? 30, 60, 90, 120। ਦੇਖੋ ਇਹ ਜਿਹੜਾ ਕੁਸ਼ਚਨ ਹੈ ਇਹਦਾ ਆਂਸਰ ਤੁਸੀਂ ਦਿਓਗੇ, 25 ਨੰਬਰ ਜਿਹੜਾ ਕੁਸ਼ਚਨ ਹੈ ਇਹਦਾ ਆਂਸਰ ਤੁਸੀਂ ਦਿਓਗੇ। ਜੋ ਵੀ ਰਾਈਟ ਜਿਹੜੇ ਮਤਲਬ ਬੱਚੇ ਵੀਡੀਓ ਦੇਖ ਰਹੇ ਨੇ, ਜਿਹੜੇ ਸਟੂਡੈਂਟ ਵੀਡੀਓ ਦੇਖ ਰਹੇ ਨੇ, ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਸਾਰੇ ਇਸ ਦਾ ਆਂਸਰ ਜ਼ਰੂਰ ਦਿਓ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਨੈਕਸਟ ਕੁਸ਼ਚਨ 'ਤੇ ਮੂਵ ਕਰਦੇ ਹਾਂ। ਸੁਖਮਨੀ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਅੰਗਾਂ 'ਤੇ ਦਰਜ ਹੈ? ਤਾਂ ਰਾਈਟ ਆਪਸ਼ਨ ਕੀ ਹੋਏਗੀ ਆਪਣੀ? ਤਾਂ ਰਾਈਟ ਆਪਸ਼ਨ ਆਪਣੀ ਕਿੰਨੀ ਹੋਏਗੀ? ਆਪਸ਼ਨ ਦਿੱਤੀ ਹੈ 30, 35, 40, 45। ਤਾਂ ਰਾਈਟ ਆਪਸ਼ਨ ਹੈ 35। ਰਾਈਟ ਆਪਸ਼ਨ ਕੀ ਹੈ? 35। ਨੈਕਸਟ ਦੇਖੋ ਸੁਖਮਨੀ ਸਾਹਿਬ ਵਿੱਚ ਨਾਮ ਜਪਣ ਦਾ ਉਦੇਸ਼ ਕਿਸ ਪੌੜੀ ਤੋਂ ਸ਼ੁਰੂ ਹੋਇਆ? ਆਪਸ਼ਨ ਹੈ 1, 2, 5, 7। ਤਾਂ ਰਾਈਟ ਆਪਸ਼ਨ ਕੀ ਹੈ? 1 ਪੌੜੀ ਤੋਂ ਹੀ ਨਾਮ ਜਪਣ ਦਾ ਜਿਹੜਾ ਉਦੇਸ਼ ਹੈ ਸ਼ੁਰੂ ਹੋ ਜਾਂਦਾ। ਨੈਕਸਟ ਦੇਖੋ ਗੁਰੂ ਅਰਜਨ ਦੇਵ ਜੀ ਕਿੰਨਾ ਸਮਾਂ ਗੁਰਗੱਦੀ 'ਤੇ ਰਹੇ? ਕਿੰਨਾ ਸਮਾਂ ਗੁਰਗੱਦੀ ਦੇ ਉੱਤੇ ਰਹੇ? ਦੇਖੋ ਆਪਸ਼ਨ ਜਿਹੜੀ ਹੈ ਸਹੀ ਵਾਲੀ ਆਪਾਂ ਦੱਸਣੀ ਹੁੰਦੀ ਹੈ। ਆਪਾਂ ਕਿਹੜੀ ਦੱਸਣੀ ਹੁੰਦੀ ਹੈ? ਸਹੀ ਵਾਲੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਤੁਸੀਂ ਜਿਹੜੀਆਂ 2 ਜਿਹੜੀਆਂ ਆਪਸ਼ਨਾਂ ਹੁੰਦੀਆਂ ਐਲੀਮੀਨੇਟ ਕਰ ਦਿਆ ਕਰੋ, ਬਾਕੀ ਵੱਜ ਜਾਣੀਆਂ ਤੁਹਾਡੇ ਕੋਲ 2 ਪਿੱਛੇ, ਤਾਂ ਉਹੀ ਆਪਾਂ ਰਾਈਟ ਲਗਾਉਣੀਆਂ ਹੁੰਦੀਆਂ। ਦੇਖੋ ਆਪਸ਼ਨ ਹੈ 21, 23, 28। ਤਾਂ ਰਾਈਟ ਆਪਸ਼ਨ ਕਿੰਨੀ ਆ ਜਾਏਗੀ? ਉਹ 25 ਸਾਲ ਗੁਰਗੱਦੀ 'ਤੇ ਰਹੀ। ਨੈਕਸਟ ਦੇਖੋ 52 ਅੱਖੜੀ ਕਿਹੜੇ ਰਾਗ ਵਿੱਚ ਹੈ? ਤਨਾਸਰੀ, ਗੌੜੀ, ਸੂਹੀ, ਮਾਝ। ਤਾਂ ਰਾਈਟ ਆਪਸ਼ਨ ਕੀ ਹੈ? ਗੌੜੀ। ਰਾਈਟ ਆਪਸ਼ਨ ਕੀ ਹੈ? ਗੌੜੀ। ਨੈਕਸਟ ਦੇਖੋ 52 ਅੱਖਰੀ ਦੀਆਂ ਕਿੰਨੀਆਂ ਪੌੜੀਆਂ ਹਨ? 52 ਅੱਖਰੀ ਦੀਆਂ ਕਿੰਨੀਆਂ ਪੌੜੀਆਂ ਹਨ? ਤਾਂ ਰਾਈਟ ਆਪਸ਼ਨ ਕੀ ਹੋਏਗੀ? ਪਹਿਲਾਂ ਦੇਖੋ 28, 38, 54, 55। ਕਿੰਨੀ ਆਜੂਗੀ ਆਂਸਰ? 55।
52 ਅੱਖਰੀ ਦੀਆਂ ਕਿੰਨੀਆਂ ਪੌੜੀਆਂ ਹਨ? 55। ਨੈਕਸਟ ਕੁਐਸਚਨ ਦੇਖੋ, ਗੁਰੂ ਅਰਜਨ ਦੇਵ ਜੀ ਦੁਆਰਾ ਵਸਾਇਆ ਗਿਆ ਕਰਤਾਰਪੁਰ ਕਿਸ ਜ਼ਿਲ੍ਹੇ ਵਿੱਚ ਹੈ? ਦੇਖੋ, ਕਰਤਾਰਪੁਰ ਦੋ ਗੁਰੂਆਂ ਨੇ ਵਸਾਇਆ ਗਿਆ, ਇੱਕ ਗੁਰੂ ਨਾਨਕ ਦੇਵ ਜੀ ਨੇ, ਇੱਕ ਗੁਰੂ ਅਰਜਨ ਦੇਵ ਜੀ ਨੇ। ਤਾਂ ਜਿਹੜਾ ਗੁਰੂ ਅਰਜਨ ਦੇਵ ਜੀ ਵਾਲਾ ਕਰਤਾਰਪੁਰ ਹੈ ਉਹ ਕਿੱਥੇ ਹੈਗਾ ਆਪਣਾ? ਉਹ ਕਿੱਥੇ ਹੈ? ਜਲੰਧਰ ਦੇ ਵਿੱਚ। ਰਾਈਟ ਆਪਸ਼ਨ ਕੀ ਹੈ? ਜਲੰਧਰ। ਅਤੇ ਗੁਰੂ ਨਾਨਕ ਦੇਵ ਜੀ ਵਾਲਾ ਪਾਕਿਸਤਾਨ ਵਿੱਚ। ਨੈਕਸਟ ਦੇਖੋ, ਗੁਰੂ ਅਰਜਨ ਦੇਵ ਜੀ ਕਿੰਨੇ ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠੇ? ਕਿੰਨੇ ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ? ਆਪਸ਼ਨ ਕੀ ਹੈ? 15, 17, 18, 20। ਤਾਂ ਰਾਈਟ ਆਪਸ਼ਨ ਕੀ ਹੈ? 18 ਸਾਲ ਦੀ ਉਮਰ ਦੇ ਵਿੱਚ ਉਹ ਗੁਰਗੱਦੀ ਤੇ ਬੈਠ ਗਏ ਸੀ। ਨੈਕਸਟ ਦੇਖੋ, ਗੁਰੂ ਅਰਜਨ ਦੇਵ ਜੀ ਨੂੰ ਦੋਤਾ ਬਾਣੀ ਕਾ ਬੋਤਾ ਕਿਸਨੇ ਕਿਹਾ ਸੀ? ਕਿਸਨੇ ਕਿਹਾ ਸੀ? ਦੇਖੋ, ਆਪਸ਼ਨ ਹੈ ਗੁਰੂ ਅਮਰਦਾਸ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਹਰਗੋਬਿੰਦ ਜੀ। ਤਾਂ ਰਾਈਟ ਆਪਸ਼ਨ ਕੀ ਹੈ? ਗੁਰੂ ਅਮਰਦਾਸ ਜੀ। ਰਾਈਟ ਆਪਸ਼ਨ ਕੀ ਹੈ? ਗੁਰੂ ਅਮਰਦਾਸ ਜੀ। ਨੈਕਸਟ ਕੁਐਸਚਨ ਦੇਖੋ, ਸ਼੍ਰੀ ਗੁਰੂ ਅਰਜਨ ਦੇਵ ਜੀ ਕਿਸ ਗੁਰੂ ਸਾਹਿਬਾਨ ਦੇ ਸਪੁੱਤਰ ਹਨ? ਦੇਖੋ, ਇਹ ਕੁਐਸਚਨ ਨਾ ਆਇਆ ਹੋਇਆ, ਮਤਲਬ ਇਹ ਕੁਐਸਚਨ ਜਿਹੜਾ ਆਪਣੇ ਸਟੇਟ ਦੇ ਐਗਜ਼ਾਮ ਹੁੰਦੇ ਨੇ ਉਹਦੇ ਵਿੱਚ ਆਇਆ ਹੋਇਆ। ਗੁਰੂ ਰਾਮਦਾਸ ਜੀ ਆ ਆਪਸ਼ਨ ਇਹਦੀ, ਜਾਂ ਗੁਰੂ ਅਮਰਦਾਸ ਜੀ, ਗੁਰੂ ਨਾਨਕ ਦੇਵ ਜੀ। ਤਾਂ ਜਿਨ੍ਹਾਂ ਨੇ ਧਿਆਨ ਨਾਲ ਵੀਡੀਓ ਦੇਖੀ ਉਹਨਾਂ ਨੂੰ ਪਤਾ ਹੋਏਗਾ ਕਿ ਇਹਦਾ ਆਂਸਰ ਗੁਰੂ ਰਾਮਦਾਸ ਜੀ ਹੈ। ਨੈਕਸਟ ਦੇਖੋ, ਬੌਲੀ ਦਾ ਕੀ ਅਰਥ ਹੈ? ਬੌਲੀ ਦਾ ਕੀ ਅਰਥ ਹੈ? ਇਸ਼ਨਾਨ ਘਰ ਦਾ ਸਾਂਝਾ ਸਥਾਨ, ਡੂੰਘਾ ਸਰੋਵਰ, ਸੰਗਤਾਂ ਦੇ ਇਸ਼ਨਾਨ ਸਥਾਨ, ਸਰੋਵਰ ਜਿਸ ਦੇ ਇੱਕ ਪਾਸੇ ਪੌੜੀਆਂ ਬਣੀਆਂ ਹੋਣ। ਤਾਂ ਰਾਈਟ ਆਪਸ਼ਨ ਕੀ ਹੈ? ਸਰੋਵਰ ਜਿਸ ਦੇ ਇੱਕ ਪਾਸੇ ਕੀ ਬਣੀਆਂ ਹੋਣ? ਪੌੜੀਆਂ। ਨੈਕਸਟ ਦੇਖੋ, ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ? ਆਪਸ਼ਨ ਹੈ 1585, 1586, 1587, 1588। ਤਾਂ ਰਾਈਟ ਆਪਸ਼ਨ 1588 ਨੂੰ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ। ਨੈਕਸਟ ਦੇਖੋ, ਗੁਰੂ ਅਰਜਨ ਦੇਵ ਜੀ ਨੇ ਜਨਮ ਸਮੇਂ ਅੰਮ੍ਰਿਤਸਰ ਦਾ ਕੀ ਨਾਮ ਸੀ? ਗੁਰੂ ਕਾ ਚੱਕ, ਰਾਮਸਰ, ਅੰਮ੍ਰਿਤਸਰ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਜਿਹੜੀ ਰਾਈਟ ਆਪਸ਼ਨ ਹੈ ਉਹੀ ਦੱਸਣੀ ਹੈ ਤੁਸੀਂ ਸਾਰਿਆਂ ਨੇ। ਤਾਂ ਇਹਦੀ ਰਾਈਟ ਆਪਸ਼ਨ ਕੀ ਆ ਜਾਏਗੀ? ਗੁਰੂ ਕਾ ਚੱਕ, ਗੁਰੂ ਕਾ ਚੱਕ। ਨੈਕਸਟ ਦੇਖੋ, ਨੈਕਸਟ ਦੇਖੋ, ਕਹਿੰਦੇ ਗੁਰੂ ਅਰਜਨ ਦੇਵ ਜੀ ਨੇ ਅੰਜਲੀਆਂ ਦੀ ਰਚਨਾ ਕਿਸ ਰਾਗ ਵਿੱਚ ਕੀਤੀ? ਤਾਂ ਦੇਖੋ, ਇਹਦੇ ਵਿੱਚ ਕਿਹੜਾ ਆਂਸਰ ਹੈ? ਗੁਰੂ ਅਰਜਨ ਦੇਵ ਜੀ ਨੇ ਅੰਜਲੀਆਂ ਦੀ ਰਚਨਾ ਕਿਸ ਰਾਗ ਵਿੱਚ ਕੀਤੀ? ਆਪਸ਼ਨ ਹੈ ਗੌੜੀ, ਮਾਰੂ, ਸੂਹੀ, ਬਿਲਾਵਲ। ਤਾਂ ਰਾਈਟ ਆਪਸ਼ਨ ਆਪਣੀ ਕੀ ਆਏਗੀ? ਮਾਰੂ। ਰਾਈਟ ਆਪਸ਼ਨ ਕੀ ਹੈ? ਮਾਰੂ। ਨੈਕਸਟ ਦੇਖੋ, ਕਿਸ ਗੁਰੂ ਨੇ ਸਿੱਖਾਂ ਦੁਆਰਾ ਆਪ ਗੁਰਬਾਣੀ ਗਾਉਣ ਦੀ ਪ੍ਰਥਾ ਚਲਾਈ? ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਅਮਰਦਾਸ ਜੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਹੈ ਗੁਰੂ ਅਰਜਨ ਦੇਵ ਜੀ। ਰਾਈਟ ਆਪਸ਼ਨ ਕੀ ਹੋਏਗਾ? ਗੁਰੂ ਅਰਜਨ ਦੇਵ ਜੀ। ਨੈਕਸਟ ਦੇਖੋ, ਬਸੰਤ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਹਨ? 1, 2, 3, 4। ਰਾਈਟ ਆਪਸ਼ਨ ਹੈ 3। ਰਾਈਟ ਆਪਸ਼ਨ ਕੀ ਹੈ? 3। ਅੱਗੇ ਦੇਖੋ, ਗੁਰਬਾਣੀ ਵਿੱਚ ਬਸੰਤ ਦੀ ਵਾਰ ਤੋਂ ਭਾਵ ਹੈ? ਜਿਹੜਾ ਇਹ ਕੁਐਸਚਨ ਹੈ ਸਟੇਟ ਦੇ ਵਿੱਚ ਆਇਆ ਹੋਇਆ, ਸਟੇਟ ਐਗਜ਼ਾਮ ਦੇ ਵਿੱਚ ਆਇਆ ਹੋਇਆ। ਵਿਸ਼ੇਸ਼ ਰੁੱਤ ਅਤੇ ਰੰਗ ਨਾਲ ਸੰਬੰਧਿਤ, ਬਸੰਤ ਨਾਂ ਦੇ ਵਿਅਕਤੀ ਦੁਆਰਾ, ਕੜੀ ਲੋਕ ਧੁਨ ਨਾਲ ਸੰਬੰਧਿਤ, ਬਸੰਤੀ ਰੰਗ ਨਾਲ ਸੰਬੰਧਿਤ, ਬਸੰਤ ਨਗਰ ਨਾਲ ਸੰਬੰਧਿਤ। ਤਾਂ ਇਹਦਾ ਜਿਹੜਾ ਰਾਈਟ ਆਂਸਰ ਹੈ ਉਹ ਕੀ ਆਏਗਾ? ਵਿਸ਼ੇਸ਼ ਰੁੱਤ ਅਤੇ ਰਾਗ ਨਾਲ ਸੰਬੰਧਿਤ। ਨੈਕਸਟ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਅੰਜਲੀਆਂ ਉਹ ਕਾਵਿ ਭੇਦ ਹੈ ਜਿਸ ਵਿੱਚ? ਜਿਹੜਾ ਇਹ ਕੁਐਸਚਨ ਹੈ ਵੀ ਮਤਲਬ ਐਗਜ਼ਾਮ ਦੇ ਵਿੱਚ ਆਇਆ ਹੋਇਆ। ਅਜੋਈ ਦੀ ਧੁਨ ਪ੍ਰਧਾਨ ਹੁੰਦੀ ਹੈ, ਵਿਰੋਧ ਦਾ ਭਾਵ ਉੱਚੀ ਸੁਰ ਵਿੱਚ ਹੁੰਦਾ, ਬੀਰਸ ਮੁੱਖ ਰਸ ਵਜੋਂ, 15 ਤਿੱਥਾਂ ਦਾ ਵਰਣਨ। ਇਹਦੇ ਵਿੱਚ ਰਾਈਟ ਆਪਸ਼ਨ ਕਿ ਅਰਜੋਈ ਦੀ ਧੁਨ ਪ੍ਰਧਾਨ ਹੁੰਦੀ ਹੈ। ਨੈਕਸਟ ਹੈ, ਗੁਰੂ ਸਾਹਿਬ ਜੀ ਕਦੋਂ ਜੋਤੀ ਜੋਤ ਸਮਾਏ? ਤਾਂ ਰਾਈਟ ਆਪਸ਼ਨ ਆਪਣੀ ਕੀ ਹੋਏਗੀ? 30 ਮਈ 1606। ਅੱਜ ਦੀ ਜਿਹੜੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ, ਅਤੇ ਜਿਨ੍ਹਾਂ ਬੱਚਿਆਂ ਨੂੰ ਕੋਈ ਡਾਊਟ ਆ ਕਮੈਂਟ ਬੋਕਸ ਦੇ ਵਿੱਚ ਮੈਨੂੰ ਪੁੱਛ ਸਕਦੇ ਨੇ, ਅਤੇ ਜਿਹੜਾ ਕੁਐਸਚਨ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਉਹਦਾ ਆਂਸਰ ਦਿਓਗੇ, ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵੱਧ ਤੋਂ ਵੱਧ ਆਂਸਰ ਕਰੋਗੇ ਅਤੇ ਵੱਧ ਤੋਂ ਵੱਧ ਰਿਸਪੋਂਸ ਕਰੋਗੇ, ਕਿਉਂਕਿ ਹੁਣ ਤੁਹਾਡੀ ਬਹੁਤ ਪ੍ਰੀਪਰੇਸ਼ਨ ਹੋ ਚੁੱਕੀ ਹੋਵੇਗੀ। ਧੰਨਵਾਦ।